का गुरदासपुर सारे पंजाब तो आए। गुड लक। मैनेजमेंट स्किल्स ਅਸੀਂ ਆਪਣੇ ਪੰਜਾਬ ਦੇ ਸਕੂਲਾਂ ਤੇ ਲਗਾਵਾਂਗੇ ਔਰ ਪੰਜਾਬ ਨੂੰ ਸੂਬੇ ਦੇਸ਼ ਦਾ ਨੰਬਰ 1 ਸੂਬਾ ਬਣਾਵਾਂਗੇ। ਕੰਟੀਨਿਊ ਰਹੂਗਾ ਇਹ ਪ੍ਰੋਸੈਸ, ਕੰਟੀਨਿਊ ਰਹੂਗਾ, ਕੋਈ ਬੰਦ ਨਹੀਂ ਹੋਊਗਾ। ਥੈਂਕ ਯੂ ਸਰ। ਅੱਜ ਫੋਟੋ ਕਰ अमन तुम आज थोड़े हम पैसे खड़े यस प्लीज एक बार इस कैमरे में सामने स्माइल सर। आप इसी में रुक गई है, पीछे आप पीछे पीछे हो जाइए सर, बिल्कुल पीछे सर, पीछे हो जाइए उसके अंदर प्लीज। हाँ जी वेट बाबा मुबारक वंस अगेन। अच्छा मिल के बहुत बहुत मुबारक। सर तुसी बहुत वधिया उपराला कीता है, पंजाब बदल रहा है सर, सिक्ख्या च क्रांति आ रही है, बहुत बहुत धन्यवाद। तुहाडे करके आउणी है सर, तुसी लीड करोगे तो असीं तुहानूं फॉलो करांगे। थैंक यू मैम। दीपिका डी सरकारी हाई स्कूल गुरदासपुरा अमृतसर तो है एंड थैंक यू सो मच फॉर द गुड लक। ਸਰਕਾਰੀ ਹਾਈ ਸਕੂਲ ਫਤਿਹਪੁਰਾ ਦਾ ਡਿਸਟ੍ਰਿਕਟ ਪਟਿਆਲਾ ਤੋਂ ਸਾਨੂੰ ਬਹੁਤ ਖੁਸ਼ੀ ਹੈ ਅੱਜ ਬੜੇ ਸ਼ੁਭਮਾਤ। ਗੁੱਡ ਲੱਕ। ਥੈਂਕ ਯੂ ਸੋ ਮਚ ਸਰ, ਇਹ ਵਾਲੀ ਓਪਰਚੁਨਿਟੀ ਸਰ ਕਦੇ ਨਹੀਂ ਸੋਚੀ ਸੀ ਕਿ ਮਿਲੇਗੀ ਸੋਮਵਾਰ 16 ਸਾਲ ਹੋ ਗਏ। ਥੈਂਕ ਯੂ ਸਰ। ਥੈਂਕ ਯੂ ਸਰ। ਆਲ ਦਿ ਬੈਸਟ। ਥੈਂਕ ਯੂ ਸਰ। ਸਰ ਲੈ ਲਓ ਮੈਂ ਤੁਹਾਡੀ ਕਾਮਯਾਬੀ ਫੋਟੋ ਇਹ ਮੋਬਾਈਲ ਵਿੱਚ ਕਰ ਰਿਹਾ ਹਾਂ। ਫਾਈਨਲੀ ਮੈਂ ਐਜੂਕੇਸ਼ਨ ਸਿਸਟਮ ਤੇ ਜੋ ਵੀ ਸਟਾਈਲ ਹੁੰਦਾ ਸੀਗਾ ਉਹ ਪੀੜ ਸੀ ਤੁਹਾਡੇ ਅੰਦਰ ਇੱਕ ਤਰ੍ਹਾਂ ਉਸ ਤਰ੍ਹਾਂ ਦਾ ਕੁਝ ਸੋਚ ਨਹੀਂ ਹੈ ਨਾ, ਜਿਸ ਤਰ੍ਹਾਂ ਮੇਰੀ ਵੀ ਟੀਚਰ ਸੀ। ਹਾਂਜੀ ਅੱਜ ਮੈਂ ਸੁਣਿਆ ਹੋਇਆ ਸਾਰਾ ਕੁਝ ਜੀ। ਸਰ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਐਸੇ ਮਿਨਿਸਟਰਸ ਮਿਲੇ ਨੇ ਜਿਹੜੇ ਆਪਣੇ ਇੰਪਲੋਈਜ਼ ਨੂੰ ਟੂਰਸ ਕਰਾ ਰਹੇ ਨੇ ਇਨਸਟੈਡ ਕਿ ਉਹ ਖੁਦ ਜਾਣ, ਅਤੇ ਅਸੀਂ ਤੁਹਾਨੂੰ ਯਕੀਨ ਦਿਲਾਉਂਦੇ ਹਾਂ ਸਰ ਕਿ ਅਸੀਂ ਜ਼ਰੂਰ ਜਿਵੇਂ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਅਤੇ ਅਸੀਂ ਵੀ ਆਪਣੇ ਡਿਪਾਰਟਮੈਂਟ ਨੂੰ ਬਹੁਤ ਉੱਚਾ ਚਾਹੁੰਦੇ। ਗੁੱਡ ਲੱਕ। ਗੁੱਡ ਲੱਕ। ਗਵਰਨਮੈਂਟ ਹਾਈ ਸਕੂਲ ਬਰਕੰਦੀ ਡਿਸਟ੍ਰਿਕਟ ਸ਼੍ਰੀ ਮੁਕਤਸਰ। ਹਾਂਜੀ ਸਰ, ਜੋ ਤੁਸੀਂ ਸਾਡੇ ਪ੍ਰਤੀ ਭਰੋਸਾ ਦਿਖਾਇਆ ਨਾ ਅਸੀਂ ਜ਼ਰੂਰ ਪੂਰਾ ਕਰਾਂਗੇ। ਐਜੂਕੇਸ਼ਨ ਥੈਂਕ ਯੂ ਸਰ। ਕਰਨਜੀਤ ਕੌਰ ਸਮਾਰਟ ਸਟੇਟ ਕੋਰਟ ਤੋਂ
ਬਹੁਤ ਛੋਟੀ ਸੀ ਜਦੋਂ ਤੁਹਾਨੂੰ ਟੀਵੀ 'ਤੇ ਦੇਖਣੀ ਸੀ ਔਰ ਅੱਜ ਬੈਂਸ ਸਰ ਦੇ ਥਰੂ ਸਾਨੂੰ ਮਿਲਣ ਦਾ ਮੌਕਾ ਮਿਲ ਰਿਹਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਤੁਸੀਂ ਵਿਸ਼ਵਾਸ ਸਾਨੂੰ ਕਰਕੇ ਬਾਹਰ ਭੇਜ ਰਹੇ ਅਤੇ ਜੋ ਤੁਸੀਂ ਸਾਡੇ ਤੋਂ ਐਕਸਪੈਕਟ ਕਰਦੇ ਹੋ ਅਸੀਂ ਸਾਰਾ ਸਤਿ ਸ਼੍ਰੀ ਅਕਾਲ ਸਰ ਮੈਂ ਸਰਕਾਰੀ ਝਾੜੂ ਪਿੰਡ ਕੋਲ ਸਰ ਪਹਿਲਾ ਐਕਸਪੋਜ਼ਰ ਹੈ ਅਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਾ ਕੇ ਅਸੀਂ ਨਵੀਂ ਚੀਜ਼ ਸਿੱਖਾਂਗੇ ਅਤੇ ਵਿਦਿਆਰਥੀਆਂ ਦਾ ਅਪਗ੍ਰੇਡ ਕਰਨ ਲਈ ਬਹੁਤ ਵਾਰ ਥੈਂਕ ਯੂ ਸੋ ਮਚ ਇੰਨਾ ਨਿਸ਼ਕਸ਼ ਤਰੀਕੇ ਦੇ ਨਾਲ ਤੁਸੀਂ ਸਾਡੀ ਸਿਲੈਕਸ਼ਨ ਕੀਤੀ ਹੈ ਅਤੇ ਸਾਨੂੰ ਇੰਨੀ ਇੰਪੋਰਟੈਂਟ ਐਜੂਕੇਸ਼ਨ ਰਿਫੋਰਮ ਦੇ ਵਾਸਤੇ ਭੇਜ ਰਹੇ ਹੋ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਟੀਚਿੰਗ ਨੂੰ ਦੁਬਾਰਾ ਅਤੇ ਪੱਧਰ ਦੇਣ ਲਈ ਨਹੀਂ ਤਾਂ ਮਾਸਟਰ ਵਰਡ ਦੀ ਮਟਰ ਬਣ ਕੇ ਰਹਿ ਗਿਆ ਸੀ ਤੁਸੀਂ ਜਿਹੜਾ ਦੁਬਾਰਾ ਸਿੱਖਿਆ ਪੱਧਰ ਨੂੰ ਉੱਚਾ ਕੀਤਾ ਵੀ ਬਹੁਤ ਬਹੁਤ ਹੋਰ ਉੱਚਾ ਕਰ ਮੁਬਾਰਕ ਅਮਨਦੀਪ ਕੌਰ ਐਡਮਿਨਿਸਟ੍ਰੇਟਰ ਜੋ ਵੀ ਸਕਿੱਲ ਸਿੱਖਿਆਵਾਂਗੇ ਆਪਣੇ ਸਕੂਲਾਂ 'ਚ ਇੰਪਲੀਮੈਂਟ ਕਰਾਂਗੇ ਥੈਂਕ ਯੂ ਸੋ ਮਚ ਸਰ ਬਹੁਤ ਵਧੀਆ ਉਹ ਗੱਲ ਹੈ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ ਗੁੱਡ ਲੱਕ ਥੈਂਕ ਯੂ ਸਰ ਵੈਰੀ ਪ੍ਰਾਊਡ ਆਫ ਵਾਟ ਐਵਰ ਯੂ ਆਰ ਡੂਇੰਗ ਥੈਂਕ ਯੂ ਮੁਬਾਰਕਬਾਦ ਮੈਂ ਡਾਕਟਰ ਰਮਨਦੀਪ ਕੌਰ ਜੀ ਸਰ ਮੈਂ ਲਹਿਰਗਾ ਅੱਗੇ ਤੋਂ ਬਿਲੋਂਗ ਕਰਦੇ ਹਾਂ ਪਿੰਡ ਗਡਿਆਣੀ ਤੋਂ ਮੈਂ ਪਿੰਡ ਦੀ ਪਹਿਲੀ ਕੁੜੀ ਹਾਂ ਸਰ ਜਿਹੜੀ ਅੱਜ ਇਸ ਮੁਕਾਮ 'ਤੇ ਪਹੁੰਚੀ ਹਾਂ ਅਤੇ ਡਾਕਟਰ ਕੀਤੀ ਹਾਂ ਸਰ ਮੈਂ ਰਾਏਪੁਰ ਜੀ ਜ਼ਿਲ੍ਹਾ ਪਟਿਆਲਾ ਪਟਿਆਲੇ ਹਾਂਜੀ ਸਰ ਮੈਂ ਬੱਸ ਦਾ ਤੁਹਾਡਾ ਸੁਪਨਾ ਪੂਰਾ ਕਰ ਚੁੱਕੀ ਹਾਂ ਜੀ ਕਰੀਬ ਤਿੰਨ ਪਿੰਡਾਂ ਦੇ ਵਿੱਚ ਮੇਰੇ ਸਕੂਲ ਦੀ ਪਹਿਲਾਂ ਮਧੀ ਕਲਾ ਹੁੰਦਾ ਸੀ ਮੇਰੇ ਕੋਲ ਤਾਂ ਤਿੰਨ ਪਿੰਡਾਂ ਦੇ ਬੱਚਿਆਂ ਨੂੰ ਮੈਂ ਬੱਸ ਆਲਰੇਡੀ ਮੁਹੱਈਆ ਕਰਵਾ ਚੁੱਕੀ ਹਾਂ ਮੇਅਰ ਤੱਕ ਬਹੁਤ ਵਧੀਆ ਹੋਰ ਮਾਕੇ ਵੀ ਜਾਊਂਗਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਸ਼ੈਲੀ ਸ਼ਰਮਾ ਗਵਰਨਮੈਂਟ ਹਾਈ ਸਕੂਲ ਖੇਰੀ ਮੁਸਲਮਾਨੀਆ ਜ਼ਿਲ੍ਹਾ ਪਟਿਆਲਾ ਤੋਂ ਸਰ ਪਹਿਲਾਂ ਤਾਂ ਤੁਹਾਡੇ ਵਰਗੀ ਸ਼ਖਸੀਅਤਾਂ ਦੇ ਰੂਬਰੂ ਹੋਣੇ ਹੀ ਮਤਲਬ ਬੜੇ ਮਾਣ ਵਾਲੀ ਗੱਲ ਹੈ ਸੈਕਿੰਡਲੀ ਸਰ ਅੱਜ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹ ਨਹੀਂ ਸੀ ਸੋਚਿਆ ਕਿ ਰੂਟ ਲੈਵਲ 'ਤੇ ਕੋਈ ਵੀ ਅਸੀਂ ਜਦੋਂ ਕੋਈ ਰਿਫੋਰਮ ਲੈ ਕੇ ਆਉਣਾ ਤਾਂ ਉਹਦੇ ਲਈ ਮਤਲਬ ਐਡਮਿਨਿਸਟ੍ਰੇਟਰਸ ਨੂੰ ਇੱਕ ਟ੍ਰੇਨਿੰਗ ਪ੍ਰੋਫੈਸ਼ਨਲ ਟ੍ਰੇਨਿੰਗ ਦਿਵਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਲੈਵਲ ਤੱਕ ਨਹੀਂ ਸੋਚਿਆ ਗਿਆ ਤਾਂ ਤੁਸੀਂ ਤਾਂ ਸਾਨੂੰ ਅਹਿਮਦਾਬਾਦ IIM ਵਰਗੇ ਇੰਸਟੀਚਿਊਟ 'ਤੇ ਪਹੁੰਚਾਇਆ ਬਹੁਤ ਥੈਂਕ ਯੂ ਸਰ ਤੁਹਾਡੀ ਇਸ ਸਿੱਖਿਆ ਜਿਹੜੀ ਸਾਡੀ ਸਿੱਖਿਆ ਉਸ ਕ੍ਰਾਂਤੀ ਸਾਡੇ ਨਾਲ ਜੁੜਨ ਲਈ ਸਰ ਤੁਹਾਡੀ ਇਸ ਸੋਚ ਲਈ ਅਤੇ ਸਾਡਾ CM ਬਣਨ ਲਈ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਸਰ ਮੁਬਾਰਕ ਥੈਂਕ ਯੂ ਸੋ ਮਚ ਸਰ ਗੁੱਡ ਲੱਕ ਆਲ ਦਾ ਬਾਰਡਰ 'ਤੇ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਬਾਰਡਰ 'ਤੇ ਹੈ ਮੈਨੂੰ ਇਸ ਅਪੋਰਚੁਨਿਟੀ ਥੈਂਕ ਯੂ ਅਤੇ ਇੱਕ ਕੋਮਨ ਟੀਚਰ ਅੱਜ CM ਨਾਲ ਖੜ੍ਹਾ ਉਹ ਆਮ ਆਦਮੀ ਪਾਰਟੀ ਕਰਕੇ ਖੜ੍ਹਾ ਹੈ ਅਤੇ ਸਰ ਇੱਕ ਰਿਕੁਐਸਟ ਹੈ ਮੈਂ ਇਹ ਫੋਟੋ ਕਰਾਉਂਦੀ ਮਤਲਬ ਲਾਈਫ ਟਾਈਮ ਮੇਰੇ ਕੋਲ ਰਹਿੰਦਾ ਕਿ ਹਾਂ ਮੈਂ ਪੋਸਟ ਫੋਟੋ ਕਰ ਦਿਓ ਜੀ ਮੈਮ ਡਿਪਾਰਟਮੈਂਟ ਵਾਲੇ ਕੈਮਰੇ ਤੋਂ ਲੈ ਲਿਓ ਥੈਂਕ ਯੂ ਸਰਕਾਰੀ ਹਾਈ ਸਕੂਲ ਦੇਸੂ ਮਾਜਰਾ ਮੋਹਾਲੀ SSA ਨਗਰ ਔਰ ਸਰ ਤਾਂ ਮੇਰੇ ਸਕੂਲ ਜਾ ਆਇਆ ਅੱਛਾ ਔਰ ਆਈ ਹੈਵ ਸਟੂਡੈਂਟ ਇਨਰੋਲਮੈਂਟ 568 ਗੁੱਡ ਲੱਕ ਬਹੁਤ ਮੁਬਾਰਕ ਸਰ ਗੋਸਲਾ ਸਕੂਲ ਨਗਰ ਡਿਸਟ੍ਰਿਕਟ ਗੁੱਡ ਲੱਕ ਗੁੱਡ ਲੱਕ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ 16 ਸਾਲ ਹੋ ਗਏ ਸਰਵਿਸ ਦੇ ਵਿੱਚ ਪਰ ਪਹਿਲੀ ਵਾਰ ਮੈਨੂੰ CM ਸਾਹਿਬ ਦੇ ਨਾਲ ਔਰ IIM ਸਾਹਿਬ ਦੇ ਨਾਲ ਡਾਇਰੈਕਟ ਮੌਕਾ ਮਿਲਿਆ ਔਰ ਇਹਨਾਂ ਸਰਵਿਸ ਦੇ ਦੌਰਾਨ ਜੋ ਮੈਂ ਸਿੱਖਿਆ ਹੈ ਉਸ ਤੋਂ ਉੱਪਰ ਹੁਣ ਤੁਸੀਂ ਸਾਨੂੰ ਮੌਕਾ ਦਿੱਤਾ ਥੈਂਕ ਯੂ ਸਰ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਰ ਆਊਟ ਆਫ ਦਾ ਵੇ ਜਾ ਕੇ ਇੱਕ ਗੱਲ ਕਹਿਣੀ ਹੈ ਕਿ 2022 ਦੇ ਵਿੱਚ ਮੇਰੀ ਵੋਟ ਬਣੀ ਨੂੰ 14 ਸਾਲ ਹੋ ਗਏ ਸੀ ਪਹਿਲੀ ਵਾਰੀ ਵੋਟ ਪਾਈ ਸੀ ਵੋਟ ਪਾਈ ਤੇ ਪੂਰਾ ਮਾਣ ਹੈ ਕਿ ਬਹੁਤ ਵਧੀਆ ਸਰਕਾਰ ਚ ਥੈਂਕ ਯੂ ਸਰ ਥੈਂਕ ਯੂ ਸਰ ਫॉर ਯੋਰ ਬੈਸਟ ਵਿਸ਼ਸ ਥੈਂਕ ਯੂ ਸੋ ਮਚ ਥੈਂਕ ਯੂ ਸਰ ਮੈਂ ਸ਼ੇਰ ਸਰਕਾਰੀ ਹਾਈ ਸਕੂਲ ਥੋੜਾ ਬਾਲ ਆਪਣਾ ਪਿੰਡ ਹਾਂਜੀ ਸਰ ਥੈਂਕ ਯੂ ਸਾਨੂੰ ਇਹ ਓਪਰਚੁਨਿਟੀ ਮੇਰੇ ਡੈਡੀ ਵੀ ਉਸੇ ਟੀਚਰ ਦੇ ਯਾਰ ਹਾਂਜੀ ਪਰ ਇਹ ਹੈ ਸਰ ਸਾਰਾ ਮੈਰੀਟੋਰੀਅਸ ਹੈ ਮੇਰੇ ਡੈਡੀ ਇਸ ਸਕੂਲ ਦੇ ਫਿਰ ਵੀ ਇਹਨਾਂ ਨੂੰ ਪੁੱਛ ਲਓ ਸਰ ਕਿਸੇ MLA ਨੂੰ ਸਵਾਰਸ਼ ਨਹੀਂ ਲੈ ਕਿਸੇ ਆਫਿਸਰ ਅਮਰ ਕੌਰ ਜੀ ਇੰਦਰਾ ਦੇਵੀ ਮਹਿੰਦਰ ਕੌਰ ਉਹ ਸਰ ਸੁਣਦੇ ਹੁੰਦੇ ਸੀ ਸਾਰੇ ਪੁਰਾਣੀਆਂ ਫੋਟੋਆਂ ਪਈਆਂ ਹੋਣੀਆਂ ਹਾਂਜੀ ਮੇਰੇ ਡੈਡੀ ਟੀਚਰ ਹੁੰਦੇ ਸੀ ਹਾਂਜੀ PTI ਹੁੰਦੀ ਸੀ ਬੰਤਾ ਸਿੰਘ ਜੀ ਜਿਹੜੇ ਖੇਤ ਪੜਦੇ ਹਾਂਜੀ ਉਹ ਵੀ ਮਤਲਬ ਗੱਲਾਂ ਸੁਣੀਆਂ ਨੇ ਤੇ ਸਾਡੇ ਕੋਲੇ ਬਹੁਤ ਲੋਕ ਵੀ ਆਉਂਦੇ ਨੇ ਤੁਸੀਂ ਸਾਨੂੰ ਮਸ਼ਹੂਰ ਕਰੋ ਸਰ ਬੱਚੇ ਨੇ ਫੋਟੋ ਵੇਟ ਕਰ ਰਹੇ ਆ ਕਹਿੰਦੇ ਸਰ ਕੋਲ ਜਾਓਗੇ ਥੈਂਕ ਯੂ ਸਰ ਥੈਂਕ ਯੂ ਮੈਮ ਡਿਪਾਰਟਮੈਂਟ ਵਾਲੇ ਕੈਮਰੇ ਤੋਂ ਪਰ ਸਰਕਾਰੀ ਸਕੂਲ ਜ਼ਿਲ੍ਹਾ ਪਟਿਆਲਾ ਹਾਂਜੀ ਬਹੁਤ ਵਧੀਆ ਗੱਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਕੋਈ ਵੀ ਸਿਫਾਰਿਸ਼ ਨਹੀਂ ਲੱਗੀ ਔਰ ਪਿਓਰਲੀ ਮੈਰਿਟ ਤੇ ਗੁੱਡ ਲੱਕ ਪਹਿਲਾਂ ਪਹਿਲ ਤਾਂ ਇਹ ਸੀਗਾ ਵੀ ਜਦੋਂ ਇਲੈਕਸ਼ਨ ਹੋਇਆ ਕਰੂਗਾ ਨਾ ਇੱਕ
ਤੁਹਾਡੀ ਸਰਕਾਰ ਇੱਕ ਗਰੁੱਪ ਭੇਜ ਦਿਆ ਕਰੂਗੀ ਪਰ ਤੁਸੀਂ ਤਾਂ ਗਾਹ ਪਾਤਾ ਜੀ ਪੈਸੇ ਹੈਗੇ ਨੇ ਇੰਨੇ ਸਟੇਟ ਕੋਲ ਹੈਗੇ ਨੇ ਗਵਰਨਮੈਂਟ ਕੋਲ ਐਜੂਕੇਸ਼ਨ ਲਈ ਕਦੇ ਪੈਸੇ ਨਹੀਂ ਘਾਟੇ ਹੈਗੇ ਸਤਿ ਸ਼੍ਰੀ ਅਕਾਲ ਸਰ ਭੂਪੇਸ਼ ਕੁਮਾਰ ਸਰ ਬਿਲਕੁਲ ਬਾਰਡਰ ਦੇ ਸਕੂਲ ਹੈ ਜੀ ਛਾਂਗਾ ਰਤਾਰ ਤਹਿਸੀਲ ਗੁਰੂ ਹਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦਾ ਚੱਲ ਇੱਕ ਸਰਕਾਰੀ ਸਕੂਲ ਦਾ ਪ੍ਰੋਸਪੈਕਟ ਨਹੀਂ ਆਪਣਾ ਪ੍ਰੋਸਪੈਕਟਸ ਤਿਆਰ ਕੀਤਾ ਬਹੁਤ ਸਾਰੇ ਸਕੂਲ ਆਪ ਕਰਦੇ ਔਰ ਸਰ ਸਕੂਲ ਦੇਖਣ ਵਾਲਾ ਸਰ ਮੇਰਾ ਐਜੂਕੇਸ਼ਨ ਪਾਰਕ ਸਭ ਤੋਂ ਵਧੀਆ ਜ਼ਿਲ੍ਹੇ ਦਾ ਜੀ ਫੋਟੋ ਮਿਲ ਜੂਗੀ ਤੁਹਾਨੂੰ ਡਿਪਾਰਟਮੈਂਟ ਵਾਲੇ ਕਹਿੰਦੇ ਪਲੀਜ਼ ਆਓ ਸਰ ਇੱਕ ਵਾਰ ਜਰੂਰ ਥੈਂਕ ਯੂ ਚਲੋ ਅੱਛਾ ਤੁਹਾਡੇ ਵਾਸਤੇ ਸਰ ਪ੍ਰਦੀਪ ਇੱਥੇ ਮੁਕਸਰ ਸਾਹਿਬ ਬੋਲ ਗੁੱਡ ਲੱਕ ਬਹੁਤ ਥੈਂਕ ਸਰ ਜਿਹੜਾ ਐਕਸਪੋਜ਼ਰ ਦੇ ਬਾਕੀ ਜ਼ਿੰਦਗੀ 'ਚ ਪਹਿਲੀ ਵਾਰ ਮੌਕਾ ਮਿਲਿਆ ਸੀ ਜਾਣ ਲਈ ਐਡਾ ਵੱਡਾ ਇੰਟਰਨੈਸ਼ਨਲ ਸਾਨੂੰ ਦਿੱਤੀ ਹੈ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਸ਼ਲਾਘਾ ਭਾਰਤ ਭੂਸ਼ਣ ਦੇਰੀ ਹਾਈ ਸਕੂਲ ਫੇਜ਼ 5 ਮੋਹਾਲੀ ਬਹੁਤ ਥੈਂਕ ਯੂ ਸਰਕਾਰੀ ਹਾਈ ਸਕੂਲ ਘੁੰਮੜਵਾਲ ਜ਼ਿਲ੍ਹਾ ਸੰਗਰੂਰ ਜੀ ਘੁੰਮੜਵਾਲ ਹਾਂਜੀ ਹਾਂ 2006 ਤੋਂ ਇਸ ਡਿਪਾਰਟਮੈਂਟ ਦਾ ਹਿੱਸਾ ਬਟ ਪਹਿਲੀ ਵਾਰ ਅਜਿਹਾ ਕਦਮ ਵੀ ਉਹ ਵੀ ਆਈ ਆਈ ਐਮ ਹੈ ਬਹੁਤ ਬਹੁਤ ਵਧਾਈ ਬਹੁਤ ਜ਼ਿਆਦਾ ਬਹੁਤ ਖੁਸ਼ ਥੈਂਕ ਯੂ ਸਰ ਪਹਿਲੀ ਵਾਰ ਇਹ ਸੀ ਐਮ ਦਿੱਤਾ ਸਾਨੂੰ ਇੰਨੇ ਨੂੰ ਮਿਲ ਰਿਹਾ ਪਹਿਲੀ ਵਾਰ ਹੋਇਆ ਹੈ ਉਮੀਦਾਂ ਤੇ ਪੂਰੇ ਖਰੇ ਉਤਰ ਗਏ ਕਮਾਲ ਮੁਬਾਰਕ ਸਰ ਦੀਪਕ ਗਾਂਧੀ ਸਰਕਾਰੀ ਹਾਈ ਸਕੂਲ ਪਿੰਡੀ ਜ਼ਿਲ੍ਹਾ ਫਿਰੋਜ਼ਪੁਰ ਸੇਵਾ ਨਿਭਾ ਰਿਹਾ ਜੀ ਹਾਂਜੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਪਹਿਲ ਕਦਮ ਬਹੁਤ ਗੁੱਡ ਲੱਕ ਥੈਂਕ ਯੂ ਵੈਰੀ ਮੱਚ ਫੋਰ ਦਿਸ ਵੈਂਚਰ ਸਰ ਬਹੁਤ ਖੁਸ਼ ਹਾਂ ਅਸੀਂ ਔਰ ਪੰਜਾਬ ਦੇ ਸਕੂਲਾਂ ਵਾਕਈ ਨੂੰ ਹਾਰ ਲਿਆ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮੱਚ ਵਿਕਾਸ ਡਿਸਟ੍ਰਿਕਟ ਪਟਿਆਲਾ ਬਹੁਤ ਅਸੀਂ ਸਰ ਮਾਨ ਮਹਿਸੂਸ ਕਰਦੇ ਜਿਹੜੀ ਸਿੱਖਿਆ ਕਰਾਂਗੇ ਤੁਸੀਂ ਲੈ ਲਿਆ ਅਸੀਂ ਸਰ ਜ਼ਰੂਰ ਤੁਹਾਨੂੰ ਮੌਕਾ ਦੇਵਾਂਗੇ ਉਸੇ ਤਰ੍ਹਾਂ ਸਰ ਸਰ ਅਜੀਤ ਕੁਮਾਰ ਗਵਰਮੈਂਟ ਹਾਈ ਸਕੂਲ ਸਰ ਥੈਂਕ ਯੂ ਵੈਰੀ ਮੱਚ ਬੜਾ ਅੱਛਾ ਫੀਲ ਹੋ ਰਿਹਾ ਕਿ ਇੱਕ ਸੀ ਐਮ ਨਾਲ ਸਾਡੀ ਬੋਰਡ ਹੋ ਰਹੀ ਹੈ ਬੇਲੇ ਚੱਲ ਰਹੀ ਮੱਚ ਸਰ ਕਦੇ ਨਹੀਂ ਥੈਂਕ ਯੂ ਸਰ ਮੁਬਾਰਕਬਾਦ ਫਾਜ਼ਿਲਕਾ ਤੋਂ ਸਰਕਾਰ ਬਣਾਉਣ ਵੇਲੇ ਤੁਸੀਂ ਜੋ ਵਾਅਦੇ ਕੀਤੇ ਸੀ ਉਹਦੇ ਨਾਲੋਂ ਵੱਧ ਪੂਰਾ ਕਰਕੇ ਵਿਖਾਇਆ ਜੀ ਕਦੇ ਸੋਚਿਆ ਨਹੀਂ ਸੀ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਇੰਨਾ ਸੁਧਾਰ ਵੇਖਣ ਨੂੰ ਮਿਲੇਗਾ ਹੋਰ ਕਰਾਂਗੇ ਇੱਕ ਸਰ ਜਿਹੜੇ ਤੁਸੀਂ ਇਹਨਾਂ ਨੂੰ ਇਸ ਕੰਮ 'ਤੇ ਲਾਇਆ ਜੀ ਵਾਹ ਕਮਾਲ ਹੈ ਸਰ ਤੁਹਾਡੇ ਕਰਕੇ ਜੋ ਨਹੀਂ ਸੋਚਿਆ ਸੀ ਉਹ ਸਭ ਸੰਭਵ ਹੋ ਪਾ ਰਿਹਾ ਇਹਨਾਂ ਨੇ ਤੁਹਾਨੂੰ ਚੂਜ਼ ਕੀਤਾ ਇਹ ਇਹਨਾਂ ਦਾ ਗੁਣ ਹੈ ਤੁਸੀਂ ਜੋ ਕਰਕੇ ਵਿਖਾ ਰਹੇ ਹੋ ਤੁਹਾਡੀ ਕਾਬਲੀਅਤ ਹੈ ਸਰ ਥੈਂਕ ਯੂ ਸੋ ਮਚ ਸੁਖਦੀਪ ਸਿੰਘ ਹੈਡ ਮਾਸਟਰ ਸਰਕਾਰੀ ਹਾਈ ਸਕੂਲ ਪੁੰਨਾ ਔਰ ਹਲਕਾ ਧੂਰੀ ਸਰ ਪੁੰਨਾ ਹਾਂਜੀ ਸਰ ਇਕਬਾਲ ਸਿੰਘ ਸਰਕਾਰੀ ਹਾਈ ਸਕੂਲ ਗੁੜੀ ਸੰਗਰ ਸ੍ਰੀ ਮੁਕਤਸਰ ਸਾਹਿਬ ਅੱਛਾ ਸਰ ਮੇਰੇ ਬੱਚਿਆਂ ਦਾ ਮੇਰੇ ਪਿੰਡ ਦੇ ਲੋਕਾਂ ਦਾ ਅਤੇ ਮੇਰੇ ਸਟਾਫ ਦਾ ਤੁਹਾਡੇ 'ਤੇ ਇੰਨਾ ਵਿਸ਼ਵਾਸ ਹੋ ਤੁਹਾਡੀ ਨੀਤੀ ਅਤੇ ਜਿਹੜਾ ਤੁਹਾਡੀ ਵਰਕਿੰਗ ਹੈ ਨਾ ਤੁਸੀਂ ਫਸਟ ਈਅਰ ਤੋਂ ਇੰਨੇ ਵਧੀਆ ਕੰਮ ਕਰ ਰਹੇ ਹੋ ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੋ ਇਹ ਸਰਕਾਰਾਂ ਜਿਹੜਾ ਕੰਮ ਲਾਸਟ 'ਤੇ ਸ਼ੁਰੂ ਕਰ ਦਿੰਦੀਆਂ ਤੁਸੀਂ ਸ਼ੁਰੂ 'ਚ ਕਰ ਰਹੇ ਹੋ ਬਹੁਤ ਪ੍ਰਭਾਵ ਦਾ ਸਰ ਮੇਰੀ ਇੱਕ ਕਾਲ 'ਤੇ ਉਹਨਾਂ ਨੇ ਸਾਰੇ ਪਿੰਡ ਦਾ ਜਿਹੜਾ ਆਪਣੇ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੋਊਗਾ ਸਰ ਫੁੱਲੀ ਏ ਸੀ ਕਰਵਾ ਤਾ ਪੰਜੇ ਕਲਾਸ ਨੂੰ ਮੇ ਸੀ ਥੈਂਕ ਯੂ ਸਰ ਬਹੁਤ ਬਹੁਤ ਅਸੀਂ ਤੁਹਾਡੀ ਵੇਟ 'ਤੇ ਸਰ ਜ਼ਰੂਰ ਵਿਜ਼ਿਟ ਕਰਾਂਗੇ ਥੈਂਕ ਯੂ ਬਲੋਕ ਘਨੌਰ ਸਰ ਅੱਛਾ ਘਨੌਰ ਘਨੌਰ ਸਰ ਮੇਰਾ ਸਕੂਲ ਬਹੁਤ ਮਤਲਬ ਪਿੱਛੜੇ ਏਰੀਏ 'ਚ ਹੈ ਐਤਕੀ ਮੇਰੇ ਸਕੂਲ ਦੀ ਜਿਹੜੀ ਗਵਰਮੈਂਟ ਸਕੂਲ ਦੇ ਵਿੱਚ 8ਵੀਂ 'ਚੋਂ ਪਟਿਆਲੇ ਡਿਸਟ੍ਰਿਕਟ 'ਚੋਂ ਫਸਟ ਆਉਂਦਾ ਸਰ ਅਤੇ ਮੈਰੀਟੋਰੀਅਸ ਵਿੱਚ ਵੀ ਸਾਡੇ ਕਾਫੀ ਪਿੱਛੇ ਗੁੱਡ ਲੱਕ ਗੁੱਡ ਲੱਕ ਬਹੁਤ ਸ਼ੁਕਰੀਆ ਸਰ ਹਰਪ੍ਰੀਤ ਸਿੰਘ ਜੀ ਹਲਕਾ ਡਿਸਟ੍ਰਿਕਟ ਸਰ ਸਰ ਬਹੁਤ ਬੜੀ ਹੈ ਜੀ ਸਾਡੇ ਜੰਗਰੂਰ ਵਾਲੇ ਹਮੇਸ਼ਾ ਤੁਹਾਡੇ ਨਾਲ ਖੜੇ ਨੇ ਜੀ ਇਸ ਵਾਰ ਪਹਿਲੀ ਖੜੇ ਸੀ ਨਾ ਹਾਂਜੀ ਹਾਂਜੀ ਸਰ ਸਰ ਇੱਕ ਬਹੁਤ ਮਤਲਬ ਚੰਗਾ ਲੱਗਿਆ ਜੀ ਜੋ ਬੱਚੇ ਇਸ ਨੂੰ ਗਏ ਨੇ ਜੀ ਆਪਣੇ ਅੱਛਾ ਹਾਂ ਅੱਜ ਵੀ ਗਏ ਨੇ ਅੱਜ ਵੀ ਸਰ ਅੱਜ ਵੀ ਨਹੀਂ ਸਰ ਉਹਨਾਂ ਬੱਚਿਆਂ ਦੇ ਚਿਹਰੇ ਤੋਂ ਖੁਸ਼ੀ ਦੇਖੀ ਹੈ ਜੀ ਮਤਲਬ ਅਸੀਂ ਉਹ ਚੀਜ਼ ਸੋਚ ਨਹੀਂ ਸੀ ਸਕਦੇ ਜੀ ਮਤਲਬ ਤੁਹਾਡੇ ਵੱਲੋਂ ਤੁਹਾਡੇ ਸ਼ੁਕਰਮਾ ਨਾਲ ਵੀ ਸਰ ਦੀ ਅਗਵਾਈ 'ਤੇ ਹੋ ਰਹੀ ਹੈ ਜੀ ਜੋ ਚੀਜ਼ ਅਸੀਂ ਬਹੁਤ ਖੁਸ਼ ਹਾਂ ਸਰ ਇਹ ਚੀਜ਼ ਗਗਨਦੀਪ ਸਿੰਘ ਸਰਕਾਰੀ ਹਾਈ ਸਕੂਲ ਹਮੀਰਾ ਡਿਸਟ੍ਰਿਕਟ ਕਪੂਰਥਲਾ ਸਰ ਪੰਜਾਬੀਆਂ ਨੂੰ ਇੱਕ ਅਕਸਰ ਲਾਂਭਾ ਦਿੱਤਾ ਜਾਂਦਾ ਕਿ ਬੌਧਿਕ ਤੌਰ 'ਤੇ ਦੀਵਾਲੀਆਂ ਹੋ ਗਏ ਆ ਅਤੇ ਭਗਤ ਸਿੰਘ ਦੇ ਹੱਥ 'ਚ ਪਿਸਤੌਲ ਦਿਖਾ ਦਿੱਤੀ ਜਾਂਦੀ ਆ ਇੱਦਾਂ ਦੇ ਉਪਰਾਲਿਆਂ ਦੇ ਨਾਲ ਸਾਨੂੰ ਉਹ ਚੀਜ਼ਾਂ ਨੂੰ ਬ੍ਰੇਕ ਕਰਨ ਦਾ ਵੀ ਮੌਕਾ ਮਿਲੇਗਾ ਅਤੇ ਡੈਫੀਨੇਟਲੀ ਅਸੀਂ ਆਪਣਾ ਪੂਰਾ ਜ਼ੋਰ ਲੈ ਕੇ ਜੋ ਤੁਸੀਂ ਸਰ ਕਰ ਰਹੇ ਹੋ ਤੁਸੀਂ ਕਿਤਾਬਾਂ ਪ੍ਰਮੋਟ ਕਰਾਏ ਬਿਲਕੁਲ ਨਹੀਂ ਸਰ ਉਹੀ ਕਹਿ ਰਿਹਾ ਕਿ ਕਿਤਾਬਾਂ ਦੇ ਪਿੱਛੇ ਤਾਂ ਗਾਣੇ ਵੀ ਬੰਦ ਕਰਤੇ ਪਿਸਤੌਲਾਂ ਬਿਲਕੁਲ ਸਹੀ ਕੀਤਾ ਸਰ ਔਰ ਲੰਗਰ ਜਿਹੜਾ ਚਲਾਉਂਦਾ ਹੈ ਕਿਤਾਬਾਂ ਦਾ ਲੰਗਰ ਚਲਾਉਂਦਾ ਕਿਤਾਬਾਂ ਕੁਮਾਰ ਸਿੰਘ ਮੈਂ ਸਰਕਾਰੀ ਹਾਈ ਸਕੂਲ ਖੇਡੀ ਜ਼ਿਲ੍ਹਾ ਸੰਗਰੂਰ ਜੀ ਇਸ ਓਪਰਚੁਨਿਟੀ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬੈਸਟ ਵਿਸ਼ ਵੈਲਕਮ ਗੌਰਮੈਂਟ ਹਾਈ ਸਕੂਲ ਤੋਂ ਇੱਥੇ ਡਿਸਟ੍ਰਿਕਟ ਖੇਡ ਕੇ ਵੈਰੀ ਹੈਪੀ ਬੈਸਟ ਵਿਸ਼ ਸਰ ਬੈਸਟ ਵਿਸ਼ ਉਸ ਤੋਂ ਪਹਿਲਾਂ ਵੀ ਕਾਫੀ ਜ਼ਮੀਨ ਮੈਂ ਤੁਹਾਨੂੰ ਦਿੱਤੀ ਯੂਟਿਊਬ ਵਰਗੀ ਇਸ ਕੰਮ ਨੂੰ ਕਰਕੇ ਤੁਸੀਂ ਪਹਿਲੇ ਫਸਟ ਟ੍ਰੇਨਿੰਗ ਜਿਹੜੀ ਮੈਂ ਆਫਰ ਕਰ ਸਤਿ ਸ਼੍ਰੀ ਅਕਾਲ ਸਰ ਡਾਕਟਰ ਪਰਮਿੰਦਰ ਸਿੰਘ ਸਰ ਬਗਰੌਲ ਤੋਂ ਜ਼ਿਲ੍ਹਾ ਸੰਗਰੂਰ ਲਾਸਟ ਸਰ ਮੈਂ ਨਾ ਸਿੱਖਿਆ ਵਿਭਾਗ ਦੇ ਲਈ ਹੁਣ ਤੱਕ 8 ਕਿਤਾਬਾਂ ਲਿਖੀਆਂ ਨੇ 2-6 ਤੋਂ 8 ਦੀ ਸਾਇੰਸ ਆ 9 10 ਦੀ ਵੀ ਆ ਰਹੀ ਆ ਲੇਕਿਨ 17 ਸਾਲ ਦੇ ਕੈਰੀਅਰ ਦੇ ਵਿੱਚ ਪਹਿਲੀ ਵਾਰ ਆ ਕਿ ਜੀ ਮੈਂ ਜਿਹੜਾ ਸੀ ਸੀ ਐਮ ਸਾਹਿਬ ਨਾਲ ਹੱਥ ਮਿਲਾ ਸਕਦਾ ਅਤੇ ਐਡੀ
बहुत बहुत शुक्रिया सर कि तुसी मैंने मौका दिता। थैंक यू सर, थैंक यू। तरक्की करो बच्चे। थैंक यू सर, थैंक यू सर। आइए फास्ट आवाज जी। सब तो पहले मैं अभियान बांझान साढ़े बहुत ही मानियो मुख्यमंत्री पंजाब सरदार भगत सिंह मान जी का पंजाब स्कूल एजुकेशन बोर्ड शिक्षा भवन विखे पहुंचन से दिलों स्वागत करना। अज जिवें तुसीं सब जानते हो मुख्यमंत्री सरदार भगवंत सिंह मान जी की अगुवाई के पंजाब के एक सिक्ख्या क्रांति चल रही है ते तुसीं सब भी उसके गवाह हो। जिथे परसों 12,700 दस टीचर्स जो हजे तक भी जिन्हों की पूरी वक् वक् पिंड चो वीडियोज आ रही कि किमें मान साहब का धन्यवाद कर रहे किमें उन्होंने जीवन तब्दील होया। उत्थे सिक्ख्या क्रांति दे विच अज असी दो अचीवमेंटा हासिल हुई। सब तो पहला तो सवेरे जो इसरो ने अपना PSLV रॉकेट लॉन्च किया तो उस रॉकेट लॉन्च के साडे सरकारी स्कूलों के 18 बच्चों ने उसके गवाह बने हैं। तो हुणी अपने कर कमलों साडे माननीय मुख्यमंत्री साहब 50 हैडमास्टर्स पहला प्रिंसीपलों के 4 बैच जा चुके हैं जिन्हों विचों जिहड़े 72 प्रिंसीपल आप पिछले हफ्ते भेजे से अज वापस आ रहे हैं। तो 50 हुण हैडमास्टर्स देश के सब तो बेस्ट मैनेजमेंट इंस्टीट्यूट IIM अहमदाबाद के लीडरशिप मैनेजमेंट का कोर्स एक स्कूल को किवें सामना किवें उसका करना उत्थे जा रहे हैं। साडे लई बड़ी ही माण वाली गल है। तो मैं बतौर सिक्ख्या मंत्री दावे नाल कह सकता कि जो साडे महकमे के उत्ते इदां दे CM का हाथ होवे कि जिहड़े कहिंदे होण कि खर्चे की परवाह नहीं करनी पर तुसीं बच्चियां दे लई ते टीचर्स दे लई जो भी मुमकिन होवे वह हर संभव चीज़ करनी है। उसी करके अब पंजाब के सिक्ख्या क्रांति है जी बहुत तेजी नाल चल रही है जिसका हर शख्स गवाह है। स्कूलों पढ़ते बच्चे स्कूलों पढ़ाते टीचर से पंजाब के बाकी लोग। हम मैं बेनती करूँगा माननीय CM साहब को वो आप सब के रूबरू होंगे। बहुत बहुत धन्यवाद। थैंक यू सर। सबसे पहले मैं मोहाली का सारा मीडिया सोशल मीडिया इलेक्ट्रॉनिक मीडिया प्रिंट मीडिया जिन्ने भी मंचों तुसीं प्रतिनिधता दिने हो अज पंजाब स्कूल एजुकेशन बोर्ड की इस बिल्डिंग दे विच एक इतिहासिक मौका आया कि साढ़े पूरे पंजाब दे विचों 50 हैडमास्टर
ਧੰਨਵਾਦ। ਉੱਥੇ ਜਾ ਰਹੇ ਨੇ ਟ੍ਰੇਨਿੰਗ ਵਾਸਤੇ ਤੇ ਅੱਜ ਹੀ ਸਾਡੇ ਸੋ ਸਾਡਾ ਇਹ ਜਿਹੜਾ ਸਿਲਸਿਲਾ ਇਹ ਨਿਰੰਤਰ ਇਸੇ ਤਰ੍ਹਾਂ ਜਾਰੀ ਰਹੂਗਾ ਕਿਉਂਕਿ ਜੇ ਕੋਚ ਅੱਛੇ ਹੋਣਗੇ ਤਾਂ ਖਿਡਾਰੀ ਅੱਛੇ ਬਣਦੇ ਆ। ਸੋ ਅਸੀਂ ਕੋਚਿਸ ਨੂੰ ਟ੍ਰੇਨਿੰਗ ਕਰਾਈਏ, ਅਸੀਂ ਉਹਨਾਂ ਦੇ ਗੋਡਫਾਦਰ, ਅਸੀਂ ਉਹਨਾਂ ਦੇ ਟੀਚਰ, ਅਸੀਂ ਉਹਨਾਂ ਦੇ ਜਿਹੜੇ ਪੜ੍ਹਾਉਣ ਵਾਲੇ ਨੇ ਜਿਹੜੇ ਉਹਨਾਂ ਨੂੰ ਅਪਡੇਟ ਕਰੀਏ ਤਾਂ ਉਹ ਅੱਗੇ ਆਪਣੇ ਕੁਲੀਗ ਨੂੰ ਅਤੇ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਉਹ ਅਪਡੇਟ ਕਰਨਗੇ, ਦੁਨੀਆ ਦੇ ਹਾਲ ਦਾ ਬਣਾਉਣਗੇ। ਸੋ ਮੈਂ ਸਾਰੇ ਹੈਡ ਮਾਸਟਰਾਂ ਨੂੰ ਵਧਾਈ ਦਿੰਦਾ, ਮੈਂ ਖੁਦ ਇੱਕ ਟੀਚਰ ਦਾ ਬੇਟਾ, ਬਲਕਿ ਅੱਜ ਤਾਂ ਇੱਕ ਹੈਡ ਮਿਸਟਰਸ ਹੈ, ਉਹ ਮੈਨੂੰ ਮਿਲੇ ਤਾਂ ਉਹ ਉਸੇ ਸਕੂਲ ਦੇ ਹੈੱਡ ਨੇ, ਉਹ ਜਿਹੜੇ ਸਕੂਲ ਦੇ ਮੇਰੇ ਡੈਡੀ ਹੈੱਡ ਮਾਸਟਰ ਹੁੰਦੇ ਸੀ, ਸ਼ਹੀਦ ਗੁਰਵਿੰਦਰ ਸਿੰਘ ਸਰਕਾਰੀ ਸਕੂਲ ਹੈ ਧੋਲਾਵਾਲ। ਗੁਰਵਿੰਦਰ ਦੀ ਜਿਹੜੀ ਸ਼ਹੀਦੀ ਆ ਉਹ ਜਦੋਂ ਚਾਈਨਾ ਦੇ ਨਾਲ ਵਾਰ ਹੋਈ ਸੀ ਉਸ ਵੇਲੇ ਹੋਈ ਸੀ, ਉਸ ਵੇਲੇ ਨਾਮ ਰੱਖੇ ਗਏ ਸੀ ਸ਼ਹੀਦਾਂ ਦੇ ਨਾਮ। ਸੋ 2 ਦਿਨ ਪਹਿਲਾਂ ਅਸੀਂ 12,710 ਜਿਹੜੇ ਵੱਖ ਵੱਖ ਕੈਟਾਗਰੀਆਂ ਦੇ ਵਿੱਚ ਟੀਚਰ ਪੜ੍ਹਾਉਂਦੇ ਸੀ, ਪਤਾ ਨਹੀਂ ਕਿਵੇਂ ਕੈਟਾਗਰੀਆਂ ਬਣਾਈਆਂ ਸੀ ਉਹਨਾਂ ਨੇ, ਅਤੇ ਅਸੀਂ ਉਹਨਾਂ ਦੇ ਨਾਮ ਦੇ ਅੱਗੋਂ, ਅਹੁਦੇ ਦੇ ਅੱਗੋਂ ਕੱਚਾ ਲਫ਼ਜ਼ ਹਟਾਇਆ। ਔਰ ਬਹੁਤ ਸਾਰੀਆਂ ਇਮੋਸ਼ਨਲ ਵੀਡੀਓ ਮੇਰੇ ਕੋਲ ਵੀ ਆ ਰਹੀਆਂ ਨੇ, ਜ਼ਿਆਦਾਤਰ ਜਿਹੜੇ ਅੱਥਰੂ ਨੇ ਖੁਸ਼ੀ ਦੇ ਨੇ, ਕੋਈ ਬਹੁਤ ਲੰਬੀ ਲੜਾਈ ਉਹਨਾਂ ਨੂੰ ਲੜਨੀ ਪਈ, ਧਰਨੇ, ਹੜਤਾਲਾਂ, ਟੈਂਕੀਆਂ, ਖੰਭੇ, ਨਹਿਰਾਂ, ਧੁੰਦਾਂ, ਧੁੱਪਾਂ, ਪਤਾ ਨਹੀਂ ਕੀ ਚੱਲਿਆ ਉਹਨਾਂ ਨੂੰ। ਸੋ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਬਣ ਚੁੱਕੇ। ਤਾਂ ਅੱਜ ਹੈੱਡ ਮਾਸਟਰ ਸਾਹਿਬ ਜਿੰਨੇ ਵੀ ਸੀਗੇ ਉਹ ਵੀ ਇਹੀ ਕਹਿ ਰਹੇ ਸੀ ਕਿ ਅਸੀਂ ਸਿੱਖ ਉੱਥੋਂ ਆ ਕੇ ਅਸੀਂ ਹੋਰ ਵੀ ਦੁੱਗਣੇ ਤਿੱਗਣੇ ਹੌਸਲੇ ਨਾਲ ਬੱਚਿਆਂ ਨੂੰ ਪੜ੍ਹਾਵਾਂਗੇ। ਐਜੂਕੇਸ਼ਨ ਵਾਸਤੇ ਮੈਂ ਫਿਰ ਕਹਿਣਾ, ਮੈਂ ਅਕਸਰ ਕਹਿਣਾ ਕਿ ਸਿੱਖਿਆ ਵਾਸਤੇ ਬਜਟ ਦੀ ਕੋਈ ਕਮੀ ਨਹੀਂ ਹੋਊਗੀ, ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਮਿਲੇ, ਪੂਰੀ ਦੁਨੀਆ ਜਿੱਥੇ ਜਾਣ ਤਾਂ ਇਸ ਗੱਲ 'ਤੇ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬ ਦੇ ਪੜ੍ਹੇ ਹੋਏ ਹਾਂ, ਅਸੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਹਾਂ, ਅਸੀਂ ਪੰਜਾਬ ਦੇ ਕਾਲਜਾਂ ਦੇ ਪੜ੍ਹੇ ਹੋਏ ਹਾਂ, ਅਸੀਂ ਪੰਜਾਬ ਦੇ ਐਮੀਨੈਂਸ ਸਕੂਲਾਂ ਦੇ ਪੜ੍ਹੇ ਹੋਏ ਹਾਂ। ਸੋ ਇਹ ਮਾਣ ਮਹਿਸੂਸ ਕਰਾਉਣ ਲਈ, ਠੀਕ ਹੈ ਪਿਛਲੀਆਂ ਸਰਕਾਰਾਂ ਨੇ ਜੋ ਕਰਤਾ ਮੈਂ ਉਹ 'ਚ ਨਹੀਂ ਜਾਊਂਗਾ, ਪਰ ਸਾਡਾ ਕੰਮ ਹੈ ਹੁਣ ਫਿਊਚਰ ਵਾਸਤੇ ਸਾਡੀਆਂ ਟੀਮਾਂ ਤਿਆਰ ਕਰਨੀਆਂ, ਬੈਂਚ ਸਟੈਪ ਤਿਆਰ ਕਰਨੀ। ਸੋ ਇਸ ਕਰਕੇ ਮੈਂ ਅੱਜ ਫਿਰ ਐਜੂਕੇਸ਼ਨ ਦੇ ਇੱਕ ਪ੍ਰੋਗਰਾਮ 'ਚ ਆਇਆ। ਸਭ ਤੋਂ ਵੱਧ ਤਾਂ ਖੁਸ਼ ਮੈਨੂੰ ਲੱਗਦਾ ਪੱਤਰਕਾਰ ਨੂੰ ਹੋਣਾ ਚਾਹੀਦਾ, ਇੰਨਾ ਕੰਟੈਂਟ ਪਹਿਲਾਂ ਤੁਹਾਨੂੰ ਕਦੇ ਨਹੀਂ ਮਿਲਿਆ ਸੀ, ਮੁੱਖ ਮੰਤਰੀ 6-6 ਮਹੀਨਿਆਂ ਬਾਅਦ ਕਦੇ ਮਿਲਦਾ ਹੁੰਦਾ ਸੀ, ਕਿਸੇ ਨੂੰ ਕਹਿ ਕੇ ਤੁਸੀਂ ਕਹਿੰਦੇ ਸੀ ਮੁੱਖ ਮੰਤਰੀ ਕਹਿਣਾ ਕੀ ਚਾਹੁੰਦਾ, ਉਹ ਵੀ ਸੂਤਰਾਂ ਮੁਤਾਬਕ ਦੱਸਣਾ ਪੈਂਦਾ ਸੀ। ਹੁਣ ਮੈਂ ਹਰ ਦੂਜੇ ਦਿਨ ਹਰ ਰੋਜ਼ ਕੱਲ੍ਹ ਨੂੰ ਸਲਾਮ ਜਾਊਂਗਾ ਸ਼ਹੀਦ ਆਜ਼ਮ ਸ਼੍ਰੀ ਊਧਮ ਸਿੰਘ ਹੋਰਾਂ ਦੀ, ਕੱਲ੍ਹ ਨੂੰ ਬਰਸੀ, ਉੱਥੇ ਵੀ ਮੀਡੀਆ ਆਊਗਾ, ਮੈਂ ਮਿਲੂੰਗਾ। ਮੈਂ ਇਕੱਲੇ ਮੀਡੀਆ ਨੂੰ ਮਿਲਦਾ, ਮੈਂ ਕੋਈ ਨਹੀਂ ਦੇਖਦਾ ਕਿ ਮਾਈਕ ਵੱਡਾ ਹੈ ਜਾਂ ਮਾਈਕ ਛੋਟਾ ਹੈ, ਮਾਈਕ 'ਤੇ ਜਿਹੜਾ ਬ੍ਰਾਂਡ ਲੱਗਿਆ ਮੈਂ ਨਹੀਂ ਦੇਖਦਾ। ਹੋ ਸਕਦਾ ਕਿਸੇ ਬਿਨਾਂ ਬ੍ਰਾਂਡ ਵਾਲੇ ਮਾਈਕ ਵਾਲੇ ਕੋਲ ਕੋਈ ਬਹੁਤ ਵਧੀਆ ਸਵਾਲ ਹੋਵੇ ਜਿਹੜਾ ਮੈਂ ਬਾਅਦ ਦੇ ਵਿੱਚ ਕਹਾਂ ਕਿ ਹਾਂ ਇਹ ਲਾਗੂ ਹੋ ਸਕਦਾ। ਸੋ ਤੁਸੀਂ ਬਿਲਕੁਲ ਫਿਕਰ ਨਾ ਕਰਿਆ ਕਰੋ, ਜਿੰਨੇ ਜਦੋਂ ਤੱਕ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਇੱਥੋਂ ਉੱਠਦਾ ਨਹੀਂ ਜੀ। ਹੈ ਜੀ ਜੀ ਹੋਣਗੇ ਜੀ, ਮੈਂ ਕੱਲ੍ਹ ਵੀ ਪਰਸੋਂ ਵੀ ਕਿਹਾ, ਥੋੜ੍ਹਾ ਸਬਰ ਰੱਖਣਾ ਪਊਗਾ ਜੀ, ਬੜੀਆਂ ਅੜਿੱਚਰਾਂ ਨੇ ਜੀ, ਕਾਨੂੰਨੀ ਅੜਿੱਚਰਾਂ ਨੇ। ਮੈਂ ਕੋਈ 600 ਮੁਲਾਜ਼ਮ ਅੱਜ ਇੱਕ ਸਾਈਨ ਨਾਲ ਪੱਕੇ ਕਰ ਸਕਦਾ ਹੋਵਾਂ, ਮੈਂ ਉਹ ਸਾਈਨ ਕਰਨ ਨੂੰ ਬਿਲਕੁਲ ਟਾਈਮ ਨਹੀਂ ਲਾਊਂਗਾ, ਪਰ ਮੈਨੂੰ ਕਾਨੂੰਨੀ ਰਸਤਾ ਕਲੀਅਰ ਕਰਨਾ ਪਊਗਾ ਪਹਿਲਾਂ ਉਹਨਾਂ ਲਈ। ਸੋ ਮੈਂ ਉਹਨਾਂ ਨੂੰ ਕਹਿਣਾ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ, ਕਿਸੇ ਦੇ ਵੀ ਅਹੁਦੇ, ਚਾਹੇ ਉਹ ਟੀਚਰ ਨੇ ਚਾਹੇ ਉਹ ਕਿਸੇ ਹੋਰ ਮਹਿਕਮੇ 'ਚ ਨੇ, ਮੈਂ ਕੱਚਾ ਲਫ਼ਜ਼ ਜਿਹੜਾ ਹੈ ਉਹ ਹਟਾਉਣਾ ਚਾਹੁੰਦਾ। ਜਿਹੜੇ ਤੁਸੀਂ ਟੀਚਰ ਦਾ ਜ਼ਿਕਰ ਕੀਤਾ, ਬਹੁਤ ਸਾਰੇ ਟੀਚਰਾਂ ਨੇ ਖੁਸ਼ੀ ਜ਼ਾਹਿਰ ਕੀਤੀ ਕੈਮਰੇ 'ਤੇ ਵੀ, ਸਾਨੂੰ ਪੱਕਾ
ਪਰ ਓਪੋਜੀਸ਼ਨ ਪਾਰਟੀਆਂ ਨੇ ਬੜਾ ਉਹਦਾ ਵਿਰੋਧ ਕੀਤਾ ਕਿ ਇਹ ਤਕਨੀਕ ਪੱਕੇ ਸਹੀ ਤਰ੍ਹਾਂ ਦੇ ਨਾਲ ਨਹੀਂ ਕੀਤੇ ਗਏ, ਪੱਕੇ ਵਾਲੇ ਉਹਨਾਂ ਨੂੰ ਬੈਨੀਫਿਟਸ ਨਹੀਂ ਮਿਲੇ, ਕੁਛ ਵੀ ਦੇਖਿਆ। ਤੇ ਓਪੋਜੀਸ਼ਨ ਪਾਰਟੀਆਂ ਪਹਿਲਾਂ ਸਰਕਾਰ ਸੀ ਨਾ, ਉਹ ਕਰ ਦਿੰਦੀਆਂ ਨਾ। ਜਦੋਂ ਅਸੀਂ ਟ੍ਰਿਪਲ ਤਨਖਾਹਾਂ ਕਰਤੀਆਂ, ਪੇਡ ਛੁੱਟੀਆਂ ਕਰਤੀਆਂ, ਹਰ ਸਾਲ 5% ਦਾ ਇਨਕਰੀਮੈਂਟ ਦਿੱਤਾ, ਵਧੂਗਾ ਭੱਤਾ, ਮੈਟਰਨਿਟੀ ਲੀਵ ਹੈ, 58 ਸਾਲ ਤੱਕ ਕੋਈ ਨੌਕਰੀ ਤੋਂ ਹਟਾ ਨਹੀਂ ਸਕਦਾ, ਗਰੰਟੀ ਹੈ। ਹੋਰ ਪੱਕੇ 'ਤੇ ਕੀ ਸੀਮੈਂਟ ਲੱਗਿਆ ਹੁੰਦਾ ਜੀ? ਸੋ ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਕੁਛ ਨਾ ਕੁਛ ਕਹੀ ਜਾਣ ਦੋ। ਕੋਈ ਹੋਰ ਬਿਲਕੁਲ ਹੋਊਗਾ ਜੀ, ਆਹ ਸਾਡੀ ਸਪੋਰਟਸ ਪਾਲਿਸੀ ਆ ਰਹੀ ਹੈ, ਕੱਲ੍ਹ ਕੈਬਨਿਟ 'ਚ ਆਈ ਹੈ, ਕੱਲ੍ਹ ਕੈਬਨਿਟ ਆਈ ਹੈ, ਕੈਬਨਿਟ ਵਿੱਚ ਸਪੋਰਟਸ ਪਾਲਿਸੀ ਆਈ ਹੈ, ਉਹ ਸਾਰੇ ਸਕੂਲਾਂ 'ਚ ਲਾਗੂ ਹੋਊ। ਸ਼ਾਇਦ ਤੁਹਾਡੇ 'ਚੋਂ ਕਿਸੇ ਨੂੰ ਯਾਦ ਹੋਵੇ, PT ਮਾਸਟਰ CT ਮਾਰਦਾ ਸੀ ਸਵੇਰੇ, ਤਾਂ ਸਾਰੇ ਇਕੱਠੇ ਹੋ ਜਾਂਦੇ ਸੀ, ਉੱਥੇ PT ਹੁੰਦੀ ਸੀ, ਠੀਕ ਹੈ ਨਾ? ਸੋ ਮੈਨੂੰ ਯਾਦ ਆਊਗਾ। ਸੋ PT ਟੀਚਰ ਹੀ ਖਤਮ ਕਰਕੇ ਰੱਖਤੇ, ਪੋਸਟ ਹੀ ਖਤਮ ਕਰਤੀ, DPI ਦੀ ਪੋਸਟ ਖਤਮ ਕਰਕੇ ਰੱਖਤੀ, ਖੇਤੀਬਾੜੀ ਟੀਚਰ ਦੀ ਖੇਤੀਬਾੜੀ ਦਾ ਪੀਰੀਅਡ ਲੱਗਦਾ ਹੁੰਦਾ ਸੀ, ਨੌਵਾਂ ਪੀਰੀਅਡ। 2000 PTA ਟੀਚਰ ਭਰਤੀ ਕਰਦੇ ਹੁਣ ਕਰਾਂਗੇ ਅਸੀਂ, PTA ਟੀਚਰ ਭਰਤੀ ਕਰਾਂਗੇ ਅਸੀਂ, ਯੋਗਾ ਟੀਚਰ ਭਰਤੀ ਕਰਾਂਗੇ, DPI ਭਰਤੀ ਕਰਾਂਗੇ। ਦੇਖੋ ਸਵੇਰੇ ਸਵੇਰੇ ਆਉਣ ਸਾਲ ਪਹਿਲਾਂ ਥੋੜ੍ਹਾ ਜਿਹਾ ਯੋਗਾ ਜਾਂ PT ਹੋ ਜਾਵੇ, ਸਾਰਾ ਦਿਨ ਫਰੈਸ਼ ਲੱਗਦਾ ਬੱਚਿਆਂ ਨੂੰ। ਸੋ ਸਪੋਰਟਸ ਦੇ ਵਿੱਚ ਜਿੰਨੇ ਵੀ ਸਾਡੇ, ਅਸੀਂ ਇਹ ਵੀ ਸੋਚੇ, ਫਰਜ਼ ਕਰ ਲਓ ਅਸੀਂ ਕਰਤਾ ਨਾ ਜੀ 50 ਲੱਖ ਰੁਪਈਆ ਦੇਵਾਂਗੇ ਜੀ ਗੋਲਡ ਮੈਡਲ ਵਾਲੇ ਨੂੰ ਜਿਹੜਾ ਕਾਮਨਵੈਲਥ 'ਚੋਂ ਗੋਲਡ ਲਿਆਊਗਾ, ਇੰਨਾ ਕਹਿ ਕੇ ਸਾਡੀ ਜ਼ਿੰਮੇਵਾਰੀ ਖਤਮ? ਨਹੀਂ, ਅਸੀਂ ਇਹ ਉਲਟਾ ਸੋਚਿਆ, ਅਸੀਂ ਕਿਹਾ ਪਹਿਲਾਂ ਹੀ ਦਿਓ 10 ਲੱਖ ਉਹਨੂੰ, ਤਾਂ ਕਿ ਕਾਮਨਵੈਲਥ ਵਾਸਤੇ ਤਿਆਰੀ ਕਰਨ ਵੇਲੇ ਉਹਦੇ ਕੋਲ ਬੂਟ ਵੀ ਹੋਣ, ਉਹਦੇ ਕੋਲ ਸਿੰਥੈਟਿਕ ਟਰੈਕ ਵੀ ਹੋਵੇ, ਅਤੇ ਉਹਦੇ ਕੋਲ ਪ੍ਰੋਪਰ ਖੁਰਾਕ ਵੀ ਹੋਵੇ, ਡਾਇਟ ਵੀ ਹੋਵੇ, ਫਿਰ ਉਹ ਜਿੱਤ ਕੇ ਲਿਆਊਗਾ। ਅਦਰਵਾਈਜ਼ ਜਿਹੜੇ ਜਿੱਤ ਕੇ ਆਉਂਦੇ ਨੇ ਉਹ ਆਪਦੇ ਆਪ ਜਿੱਤ ਕੇ ਆਉਂਦੇ ਨੇ, ਆਉਂਦਿਆਂ ਨੂੰ ਅਸੀਂ ਕਹਿ ਦਿੰਦੇ 50 ਲੱਖ ਫੋਟੋ ਖਿਚਾਉਣ ਦੇ ਮਾਰੇ। ਨੋ, ਪਹਿਲਾਂ ਹੀ ਤਿਆਰ ਕਰੋ ਉਹਨਾਂ ਨੂੰ ਕਿ ਆਹ ਲਓ ਪੈਸੇ, ਪਹਿਲਾਂ ਗੋਲਡ ਜਿੱਤੋ, ਸਿਲਵਰ ਜਿੱਤੋ, ਚਲੋ ਉਹ ਤਾਂ ਅੱਗੇ ਕੰਪੀਟੀਸ਼ਨ 'ਤੇ ਡਿਪੈਂਡ ਕਰਦਾ। ਸੋ ਸਪੋਰਟਸ ਲਈ ਪੋਲਿਸੀ ਪ੍ਰੋਪਰ ਹੈ, EV ਇਲੈਕਟ੍ਰੋਨਿਕ ਵਹੀਕਲਾਂ ਲਈ, ਇਲੈਕਟ੍ਰਿਕ ਵਹੀਕਲਾਂ ਲਈ ਪੋਲਿਸੀ ਤਿਆਰ ਹੈ, ਇੰਡਸਟਰੀਅਲ ਪੋਲਿਸੀ ਆ ਗਈ, ਐਜੂਕੇਸ਼ਨ ਦੀ ਪੋਲਿਸੀ ਤਹਿਤ ਕੰਮ ਹੋ ਹੀ ਜਾਂਦਾ, ਖੇਤੀਬਾੜੀ ਦੀ ਪੋਲਿਸੀ ਆ ਗਈ। ਸੋ ਸਾਡੇ ਵੱਲੋਂ ਪੋਲਿਸੀ ਮੇਕਿੰਗ 'ਚ ਕੋਈ ਡਿਲੇ ਨਹੀਂ, ਅਸੀਂ ਫਿਰ ਕਹਿੰਦੇ ਹਾਂ ਕਿ ਰੰਗਲਾ ਪੰਜਾਬ ਬਣਾਉਣ ਲਈ ਕਿਸੇ ਇੱਕ ਵਰਗ ਨੂੰ ਨਹੀਂ, ਸਾਰੇ ਵਰਗਾਂ ਨੂੰ ਹੀ ਜਿਹੜਾ ਸੈਲਫ ਡਿਪੈਂਡਰ ਕਰਨਾ ਪਊਗਾ ਅਤੇ ਉੱਪਰ ਲੱਗ ਗਿਆ। ਸਭ ਤੋਂ ਵੱਡੀ ਸੇਂਗ ਜਿਹੜੀ ਹੈ ਉਹ ਹੈਗੀ ਹੈ ਜਿਹੜੇ ਸਕੋਲਰਸ਼ਿਪ ਮਿਲਦੀ ਹੈ ਉਹਨਾਂ ਨੂੰ, ਡਾਇਟ ਮਿਲਦੀ ਹੈ, ਉਹਦੇ ਵਿੱਚ ਠੇਕੇਦਾਰ, ਠੇਕੇਦਾਰਾਂ ਨੂੰ ਹਟਾਉਣ ਦੇ ਵਾਸਤੇ ਕੁਝ ਕਰੋਗੇ ਜੇ ਠੇਕੇਦਾਰ? ਸਭ ਤੋਂ ਅਗਲੇ ਹਫ਼ਤੇ ਤੁਹਾਡਾ ਇਹ ਸਵਾਲ ਖਤਮ ਹੋਊਗਾ। ਸਪੈਸ਼ਲ ਗੁਰਦੁਆਰਿਆਂ ਦਾ ਆਰਡਰ ਦਿੱਤਾ ਗਿਆ ਕਿਉਂਕਿ ਹੁਣ ਤੱਕ ਮੇਰੇ ਸਾਰੇ DC, ਮੇਰੇ ਸਾਰੇ ADC, ਮੇਰੇ ਸਾਰੇ ਅਫਸਰ ਪੰਜਾਬ ਦੇ ਉਹ ਲੋਕਾਂ ਦੀ ਸਹਾਇਤਾ ਕਰਨ ਦੇ ਵਿੱਚ ਮਸ਼ਰੂਫ ਸੀ। ਉੱਥੇ PGC, ਕਿਤੇ ਪਾਣੀ ਆ ਗਿਆ, ਕਿਤੇ ਆਪਾਂ ਨੂੰ ਪੈਕਟ ਪਹੁੰਚਾਉਣੇ ਪੈ ਰਹੇ ਨੇ, ਕਿਤੋਂ ਕੱਢਣੇ ਪੈ ਰਹੇ ਬੰਦੇ, ਤਾਂ ਹੁਣ ਉਹ ਅਫਸਰਾਂ ਜਿਹੜੇ ਨੇ ਦਫ਼ਤਰਾਂ 'ਚ ਆ ਕੇ ਉਹਨੂੰ ਕਹਿਤਾ 15 ਅਗਸਤ ਤੋਂ ਪਹਿਲਾਂ ਸਪੈਸ਼ਲ ਗਰਦੌਰੀ। ਦੋ ਕਿਸਮ ਦੀਆਂ ਗਰਦੌਰੀਆਂ ਹੁੰਦੀਆਂ ਨੇ, ਇੱਕ ਗਰਦਾਵਰੀ, ਉਹਨੂੰ ਫਸਲਾਂ ਦੀ ਕਹਿੰਦੇ ਇਕੱਲੀ। ਸਪੈਸ਼ਲ ਗਰਦੌਰੀ ਦੇ ਵਿੱਚ ਬੱਕਰੀ ਵੀ ਮਰੀ ਹੈ, ਉਹਦਾ ਵੀ ਅਸੀਂ ਪੈਸੇ ਦੇਵਾਂਗੇ। ਬਰਨਾਲੇ ਜ਼ਿਲ੍ਹੇ 'ਚ ਮੁਰਗੀਖਾਨੇ ਰੁੜ ਕੇ ਵਿੱਚ ਹੀ ਪੈਸੇ ਦੇਵਾਂਗੇ ਜੀ। ਮੱਝਾਂ ਦਾ ਨੁਕਸਾਨ ਹੋਇਆ, ਮੱਝਾਂ ਵਾਲੇ ਬਾੜੇ ਦਾ ਨੁਕਸਾਨ ਹੋਇਆ, ਕੱਚੇ ਘਰ ਢਹੇ ਨੇ, ਫਸਲਾਂ ਦਾ ਨੁਕਸਾਨ ਹੋਇਆ, ਈਵਨ ਦਿਹਾੜੀਆਂ ਦਾ ਵੀ ਕੱਲ੍ਹ ਕੈਬਨਿਟ ਦੇ ਵਿੱਚ ਅਸੀਂ ਕੀਤਾ, ਦਿਹਾੜੀਆਂ ਵੀ ਦੇਵਾਂਗੇ। ਜੇ ਕਿਸੇ ਨੂੰ ਮੈਂ 5 ਕਿੱਲੇ ਨਰਮਾ ਮਾਰਿਆ ਗਿਆ ਜਾਂ 5 ਕਿੱਲੇ ਝੋਨਾ ਮਾਰਿਆ ਗਿਆ ਅਤੇ ਮੈਂ ਉਹਨਾਂ ਨੂੰ ਦੇ ਰਿਹਾ ਪੈਸੇ, ਤਾਂ ਫਿਰ ਉਹ ਝੋਨਾ ਲਾਉਣ ਵੇਲੇ ਜਾਂ ਝੋਨਾ ਜਦੋਂ ਵੱਢਣਾ ਸੀ ਉਦੋਂ ਜਿਨ੍ਹਾਂ ਦੀ ਦਿਹਾੜੀ, ਜਿਨ੍ਹਾਂ ਨੇ ਦਿਹਾੜੀ ਕਰਕੇ ਕਬੀਲਦਾਰੀ ਚਲਾਉਣੀ ਸੀ, ਉਹਨਾਂ ਨੂੰ ਵੀ ਤਾਂ ਵਿੱਚ ਹੀ ਲੈਣਾ ਚਾਹੀਦਾ, ਸੋ 10% ਉਹਨਾਂ ਦਾ ਵੀ ਪੈਸਾ ਅਸੀਂ ਰੱਖ ਲਓ। ਕੋਈ ਗੱਲ ਨਹੀਂ, ਹੋ ਜੂਗੀ, ਵੇਟ ਕਰ ਲਓ ਥੋੜ੍ਹਾ ਜਿਹਾ, ਜਿਹੜੀਆਂ ਹਜੇ ਹੋਈਆਂ ਨੇ ਪਹਿਲਾਂ ਉਹਨਾਂ ਦੀ ਰਿਪੋਰਟ ਦੇ ਦਿਓ ਸਾਰੀ।
ਸਾਰਿਆਂ ਦਾ ਹੋਊਗਾ ਸਾਹਿਬ ਜੀ, ਮੈਂ ਕਹੀ ਜਾਂਦਾ ਕਿ ਹਿਸਾਬ ਸਾਰਿਆਂ ਦਾ ਹੋਊਗਾ। ਜਿਹਨੇ ਵੀ ਇੱਕ ਰੁਪਈਆ ਵੀ ਖਜ਼ਾਨੇ ਦੇ ਵਿੱਚੋਂ, ਪੰਜਾਬ ਦੇ ਖਜ਼ਾਨੇ 'ਚੋਂ ਆਪਣੇ ਨਿੱਜੀ ਮੁਫਾਦਾਂ ਲਈ ਜਾਂ ਆਪਣੇ ਮਿੱਤਰਾਂ ਲਈ, ਆਪਣੇ ਦੋਸਤਾਂ ਲਈ ਜਾਂ ਆਪਣੇ ਚਮਚਿਆਂ ਲਈ ਵਰਤਿਆ, ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ, ਖੂਨ ਪਸੀਨੇ ਦੀ ਕਮਾਈ, ਹਰੇਕ ਦਾ ਹਿਸਾਬ ਹੋਊਗਾ। ਕਿਸੇ 'ਤੇ ਅੱਜ ਹੋ ਜੂ, ਕਿਸੇ 'ਤੇ ਕੱਲ੍ਹ ਹੋ ਜੂ, ਪਰ ਹੋਊਗਾ ਜ਼ਰੂਰ ਜੀ। ਇਸ ਮਾਮਲੇ 'ਚ ਕੋਈ ਮਾਨ ਸਾਹਿਬ, ਪਾਕਿਸਤਾਨ ਦੇ ਮਿਨਿਸਟਰ ਦਾ ਬਿਆਨ ਆਇਆ ਸੀ ਕਿ ਡਰੋਨ ਦੇ ਨਾਲ ਅਸੀਂ ਅਸਲਾ ਔਰ ਇੱਥੇ ਡਰੱਗਸ ਭੇਜ ਰਹੇ ਹਾਂ, ਉਹਦੇ ਲਈ ਹੋਮ ਮਿਨਿਸਟਰ ਨੂੰ ਲੈਟਰ ਦਿਆਂ। ਦੇਖੋ ਮੇਰੀ ਇਸ ਮਾਮਲੇ 'ਚ ਹੁੰਦੀ ਰਹਿੰਦੀ ਹੈ ਗੱਲ। ਬਹੁਤ ਸਾਰੇ ਡਰੋਨ ਇੱਦਾਂ ਦੇ ਨੇ ਜਿਹੜੇ ਇੱਥੋਂ ਹੀ ਜਾਂਦੇ ਆ, ਇੱਧਰੋਂ ਜਾਂਦੇ ਉੱਧਰੋਂ ਆ ਜਾਂਦੇ ਆ ਭਰ ਕੇ, ਤਾਂ ਫਿਰ ਇੱਧਰਲੇ ਡਰੋਨਾਂ ਦੀ ਘੱਟੋ ਘੱਟ ਰਜਿਸਟ੍ਰੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ। ਸੋ ਮੇਰੇ ਵੱਲੋਂ, ਮੇਰੀ ਸਰਕਾਰ ਵੱਲੋਂ ਇਹ ਹੋਮ ਮਿਨਿਸਟਰੀ ਲਿਖਿਆ ਗਿਆ ਕਿ ਵਹੀਕਲਾਂ ਵਾਂਗੂ, ਮੋਟਰਸਾਈਕਲਾਂ ਵਾਂਗੂ, ਕਾਰਾਂ ਵਾਂਗੂ ਡਰੋਨ ਦੀ ਵੀ ਰਜਿਸਟ੍ਰੇਸ਼ਨ ਸ਼ੁਰੂ ਕਰੋ, ਕਿਉਂਕਿ ਅੱਜ ਕੱਲ੍ਹ ਡਰੋਨ ਹਰ ਜਗ੍ਹਾ 'ਤੇ ਵਰਤਿਆ ਜਾਂਦਾ ਜੀ। ਈਵਨ ਪੱਤਰਕਾਰ ਵੀ ਡਰੋਨ ਵਰਤਣ ਲੱਗ ਗਏ ਹੁਣ ਤਾਂ, ਰੈਲੀ ਦੀ ਕਵਰੇਜ ਕਰਨ ਵਾਸਤੇ ਵਿਆਹਾਂ 'ਚ ਡਰੋਨ ਵਰਤਿਆ ਜਾਂਦਾ, ਕਬੱਡੀ ਟੂਰਨਾਮੈਂਟ 'ਚ ਡਰੋਨ ਵਰਤਿਆ ਜਾਂਦਾ, ਕ੍ਰਿਕਟ ਦੇ ਮੈਚਾਂ 'ਚ ਡਰੋਨ ਵਰਤਿਆ ਜਾਂਦਾ। ਤਾਂ ਫਿਰ ਡਰੋਨ ਘੱਟੋ ਘੱਟ ਰਜਿਸਟਰਡ ਤਾਂ ਹੋ ਗਿਆ, ਕਿੱਥੋਂ ਦਾ, ਤਾਂ ਫਿਰ ਪਤਾ ਤਾਂ ਲੱਗੇ ਨਾ ਉਹਦਾ ਮਾਲਕ ਕੌਣ ਹੈ। ਇਹ ਨਾ ਹੋਵੇ ਨਾ ਕਿ ਆਪਣੇ ਹੀ ਡਰੋਨ ਪਾਕਿਸਤਾਨ ਜਾਂਦਾ। ਸਾਨੂੰ ਦੋ ਤਿੰਨ ਇਸ ਤਰ੍ਹਾਂ ਦੀਆਂ ਘਟਨਾਵਾਂ ਮਿਲੀਆਂ ਕਿ ਆਪਣੇ ਹੀ ਡਰੋਨ ਗਿਆ ਉੱਧਰੋਂ ਆ ਗਿਆ, ਅਤੇ ਆਪ ਚਲੋ ਠੀਕ ਹੈ ਪੁਲਿਸ ਨੇ ਫੜ ਲਿਆ, BSF ਨੇ ਫੜ ਲਿਆ, ਪਰ ਗਿਆ ਤਾਂ ਇਧਰਲੇ ਪਾਸੇ ਸੀ, ਪਤਾ ਹੀ ਲੱਗ ਰਿਹਾ ਕਿਹਦਾ ਉਹ, ਅਤੇ ਜੇ ਕਿਤੇ ਰਜਿਸਟ੍ਰੇਸ਼ਨ ਹੁੰਦੀ ਤਾਂ ਪਤਾ ਲੱਗ ਜਾਂਦਾ ਕਿ ਕਿਹਦਾ ਸੀ। ਸੋ ਇਹ ਜ਼ਰੂਰੀ ਹੈ, ਬਾਰਡਰ ਸਟੇਟ ਹੈ, ਅਸੀਂ ਕੋਈ ਵੀ ਢਿੱਲ ਇਸ ਤਰ੍ਹਾਂ ਦੀ ਨਹੀਂ ਵਰਤਾਂਗੇ ਇਸ ਮਾਮਲੇ 'ਚ ਕਿ ਕੋਈ ਕਿਸੇ ਨੂੰ ਅਸੀਂ ਅਲਾਓ ਕਰ ਦਈਏ ਕਿ ਤੂੰ ਕੋਈ, ਜਾਂ ਰਾਜਨੀਤਿਕ ਪੱਧਰ 'ਤੇ ਮੈਂ ਕੋਈ ਕਹਾਂ ਕਿ ਮੈਂ ਨਹੀਂ ਕਹਿਣਾ ਉਹਨਾਂ ਨੂੰ, ਜਾਂ ਅਸੀਂ ਮਿਲ ਕੇ ਚੱਲ ਰਹੇ ਹਾਂ BSF ਨਾਲ ਮਿਲ ਕੇ ਚੱਲ ਰਹੇ ਔਰ ਪੰਜਾਬ ਨੂੰ ਨਸ਼ਾ ਮੁਕਤ ਵੀ ਬਣਾਉਣਾ, ਭ੍ਰਿਸ਼ਟਾਚਾਰ ਮੁਕਤ ਵੀ ਬਣਾਉਣਾ, ਔਰ ਪੰਜਾਬ ਨੂੰ ਅਸੀਂ ਕਿਤਾਬਾਂ ਪ੍ਰਮੋਟ ਕਰਨੀਆਂ ਨੇ, ਅਸੀਂ ਲਾਇਬ੍ਰੇਰੀਆਂ ਪ੍ਰਮੋਟ ਕਰਨੀਆਂ ਨੇ, ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨੌਜਵਾਨ ਜਿਹੜੇ ਨੇ ਮੁੰਡੇ ਕੁੜੀਆਂ, ਉਹਨਾਂ ਨੂੰ ਅਸੀਂ ਉਹਨਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ, ਉਹਨਾਂ ਦੇ ਹੱਥਾਂ 'ਚ ਵੱਡੇ ਵੱਡੇ ਆਫਿਸਾਂ ਦੀਆਂ ਚਾਬੀਆਂ, ਵੱਡੀਆਂ ਵੱਡੀਆਂ ਗੱਡੀਆਂ ਦੀਆਂ ਚਾਬੀਆਂ ਹੋਣ, ਉਹ ਦਫ਼ਤਰ ਜਾਣ, ਕੰਮ ਕਰਨ, ਪੂਰੀ ਦੁਨੀਆ ਜਾਣ, ਜਿੱਥੇ ਮਰਜ਼ੀ ਜਾਣ, ਪਰ ਘੱਟੋ ਘੱਟ ਪੰਜਾਬ ਦਾ ਨਾਮ ਇਸ ਤਰੀਕੇ ਨਾਲ ਰੋਸ਼ਨ ਕਰਨ ਕਿ ਸਾਨੂੰ ਪ੍ਰਾਊਡ ਹੋਵੇ। ਮਾਨ ਸਾਹਿਬ, ਇੱਕ ਚਾਰੇ ਬਿੱਲ ਪਾਸ ਨਹੀਂ ਹੋਏ, ਓਪੋਜੀਸ਼ਨ ਪਾਰਟੀਆਂ ਦੇ ਉਹ ਡਰਾਮਾ ਕਰਨਾ ਪੇਸ਼ਾ ਹੋ ਗਿਆ ਤੁਹਾਡਾ, ਤੁਹਾਡੀ ਵੀਡੀਓ ਪੁਰਾਣੀ ਮੰਤਰੀ ਬਾਦਲ ਨੇ ਟਵੀਟ ਕੀਤੀ ਹੈ ਜੀ। ਜਿਸ ਵੇਲੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਸੀ PPP ਦਾ, ਫਿਰ ਉਸ ਵੇਲੇ ਮੈਂ ਕੀ ਕੰਮ ਕਰਦਾ ਸੀ ਫਿਰ? ਉਹ ਕਹਿੰਦੇ ਡਰਾਮਾ ਕਰਨਾ ਤੁਹਾਡਾ ਪੇਸ਼ਾ, ਕਿ ਇੱਕ ਆਰਟਿਸਟ ਹੋਣਾ ਕੋਈ ਗਲਤ ਗੱਲ ਹੈ ਜੀ? ਇੱਕ ਮਿੰਟ ਦੱਸੋ, ਮੈਂ ਆਰਟਿਸਟ ਸੀ, ਮੈਂ ਅੱਜ ਵੀ ਆਰਟਿਸਟ ਦੇ ਤੌਰ 'ਤੇ ਕਈ ਵਾਰੀ ਮੈਥੋਂ ਕੁਛ ਸੁਣ ਵੀ ਲੈਂਦੇ ਆ ਕਿਸੇ TV ਵਾਲੇ ਕੋਲ, ਕਮੀਆਂ ਦਾ ਵਿਹੜਾ ਜਾਂ ਕੋਲ, ਕਿ ਮਤਲਬ ਮੈਂ ਕੋਈ ਇਹੋ ਜਿਹਾ ਕਿਹੜਾ ਡਰਾਮਾ ਕਰਦਾ? ਜਦੋਂ ਮੈਂ ਆਪਣਾ ਕਰੀਅਰ ਛੱਡ ਕੇ ਆਇਆ ਸੀਗਾ ਤਾਂ ਉਹੀ ਮਨਪ੍ਰੀਤ ਬਾਲ ਕਹਿੰਦੇ ਸੀ ਬਹੁਤ ਕਮਾਲ ਕੀਤੀ ਹੈ, ਅਤੇ ਮੈਂ ਫਿਰ ਕਹਿੰਦਾ ਟੋਲ ਪਲਾਜ਼ਿਆਂ 'ਤੇ ਪੈਸੇ ਤਾਂ ਦਿੰਦੇ ਰਹੇ ਜਨਾਬ ਜੀ, ਪਰ ਇਹ ਤਾਂ ਚੈੱਕ ਨਹੀਂ ਕੀਤਾ ਨਾ ਕਿ ਟੋਲ ਪਲਾਜ਼ਾ ਲੀਗਲ ਹੈ ਜਾਂ ਇਲੀਗਲ ਹੈ, ਅਤੇ ਮੈਂ ਬੰਦ ਕਰ ਰਿਹਾ ਉਹਨਾਂ ਟੋਲ ਪਲਾਜ਼ਿਆਂ ਨੂੰ। ਹੁਣ ਟੋਲ ਪਲਾਜ਼ੇ 'ਤੇ ਪੈਸੇ ਦੇਣਾ ਕਿੱਡੀ ਕੁ ਪ੍ਰਾਪਤੀ ਹੈ ਜੀ? ਆਪਣੀ ਗੱਡੀ ਆਪ ਚਲਾਉਣਾ ਕਿੱਡੀ ਕੁ ਪ੍ਰਾਪਤੀ ਹੈ ਜੀ? ਕੌਣ ਜੀ? ਇਹ ਲੋਕ ਦੱਸਣਗੇ ਜੀ ਡਰਾਮੇ, 64,000 ਵੋਟਾਂ 'ਤੇ ਹਾਰੇ ਹੈ ਜੀ ਬਠਿੰਡੇ ਤੋਂ, ਇਹਦਾ ਮਤਲਬ ਇਹ ਹੈ ਕਿ ਦੂਜੇ ਪਾਸੇ ਵੋਟ ਹੀ ਨਹੀਂ ਪਈ। ਫਿਰ ਇਸ ਕਰਕੇ ਕਿਰਪਾ ਕਰਕੇ ਮਨਪ੍ਰੀਤ ਬਾਦਲ ਜੀ ਘੱਟੋ ਘੱਟ ਇਹ ਨਾ ਬੋਲਣ, ਕਿਉਂਕਿ ਮੇਰੇ ਕੋਲ ਸਭ ਕੁਛ ਹੈ ਜੀ। ਮੈਂ ਜੋ ਵੀ ਮਨਪ੍ਰੀਤ ਨੇ ਜੋ ਤੋਂ ਕਰਾਇਆ ਉਹ ਸਾਰੇ ਸਾਲ ਮਨ ਸਾਹਿਬ।